ਕੱਢਦੀ ਆ ਘੱਟ ਫਾਲਤੂ ਇਹ ਚੱਕਦੀ ਉੱਪਰ ਆਹੋ ਚੱਕ ਦਿੰਦੇ ਇਹਨੂੰ ਚੱਕ ਦਿੰਦੇ ਨਹੀਂ
ਸ਼ੁਰੂ ਫਿਰ ਭਗਵਾਨ ਜੀ ਆ ਜਾਓ ਫਿਰ ਪਤਾ ਲੱਗਣਾ ਚਾਹੀਦਾ ਕਿ ਹਿਮਾਚਲ ਵਾਲੇ ਹਿਮਾਚਲੀ ਭਜਨ ਹੈ ਹਿਮਾਚਲੀ ਡਾਂਸ ਵੀ ਹੋਣਾ ਚਾਹੀਦਾ
ਗਤਨੋ ਦੇ ਪਾਲੀ ਆਪਣਾ ਜੀ ਗਤਨੋ ਦੇ ਪਾਲੀ ਭਾਜੀ ਖੈਰ ਮੰਤਰੀ ਨੂੰ ਮੇਰੇ ਨਾਲ ਨਾਲ ਤਾੜੀਆਂ ਵਜਾਉਂਦੇ ਹੋਏ ਸਾਰਿਆਂ ਨੇ ਕੀ ਕਹਿਣਾ ਸੁਣਿਆ ਮੈਂ ਜਿਹਨਾਂ ਜਿਹਨਾਂ ਨੇ ਸੁਣਿਆ ਕਿਹੜੇ ਕਿਹੜੇ ਭਗਤਾਂ ਨੇ ਸੁਣਿਆ ਕਿ ਬਾਬਾ ਜੀ ਸਾਰੀ ਦੁਨੀਆਂ ਨੂੰ ਤਾਰਦੇ ਨੇ ਹੱਥ ਖੜੇ ਕਰਕੇ ਦਿਖਾਓ ਜਿਹਨਾਂ ਨੂੰ ਭਰੋਸਾ ਪਾਉਣਾ ਹਰ ਤੇ ਇਕੱਲੀ ਮੇਰਾ ਬੋਲੀਅਮ ਦੇ ਦਿਓ ਭਾਜੀ ਸੈਣੀ ਸਾਹਿਬ ਇਕੱਲਾ ਮੇਰਾ ਬੋਲੀਅਮ ਦੇ ਦਿਓ ਬਾਕੀ ਸਾਜਾ ਮੈਂ ਠੀਕ ਹੈਲੋ ਥੋੜ੍ਹਾ ਜਿਹਾ ਹੋਰ ਸੁਣਿਆ ਮੈਂ ਤੂੰ ਦੁਨੀਆ ਤਾਰੀ ਸੁਣਿਆ ਮੈਂ ਤੂੰ ਦੁਨੀਆ ਤਾਰੀ ਦੇਖੋ ਇਹ ਜਿਹੜਾ ਪ੍ਰੋਗਰਾਮ ਚੱਲ ਰਿਹਾ ਲਾਈਵ ਚੱਲ ਰਿਹਾ ਪੂਰੀ ਦੁਨੀਆ ਇਸ ਪ੍ਰੋਗਰਾਮ ਨੂੰ ਦੇਖ ਰਹੀ ਇੱਕ ਵਾਰੀ ਦੋਨੋਂ ਹੱਥ ਖੜੇ ਕਰਕੇ ਦਿਖਾ ਦਿਓ ਅਤੇ ਭਾਜੀ ਦਿਖਾ ਦਿਓ ਜਦੋਂ ਸਾਰੇ ਪੰਡਾਲ ਨੂੰ ਤਾਂ ਕਿ ਪਤਾ ਲੱਗੇ ਕਿ ਕਿਹੜੇ ਕਿਹੜੇ ਭਗਤਾਂ ਨੂੰ ਖੁਸ਼ੀ ਆ ਪਾਉਣਾ ਹਰ ਚੌਕੀ ਦੀ ਦੋਨਾਂ ਸੂਬੇ ਤੱਕ ਸੁਣਿਆ ਮੈਂ ਦੁਨੀਆ ਤਾਰੀ ਜਿਹੜੀ ਵੀ ਸੁਣੇ
ਛੋਟਾ ਵੀਰ ਜੋ ਕਿ ਅੱਜ ਦੀ ਇਹ ਵੀਡੀਓ ਸ਼ੂਟ ਕਰ ਰਿਹਾ ਪ੍ਰਿੰਸ ਕੁਰਾਲੀ ਵਾਲੇ ਇਹ ਜਿਹੜਾ ਪ੍ਰੋਗਰਾਮ ਹੈ ਲਾਈਨ ਪੂਰੀ ਦੁਨੀਆ ਦੇਖ ਰਹੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਲੋਕ ਦੇਖ ਰਹੇ ਇੱਕ ਵਾਰੀ ਇਸ ਵੀਰ ਦੇ ਲਈ ਜ਼ੋਰਦਾਰ ਤਾੜੀ ਮਾਨ ਚੈਨਲ ਇੱਕ ਵਾਰੀ ਜ਼ੋਰਦਾਰ ਤਾੜੀਆਂ ਪੰਜਾਬੀ ਚੈਨਲ ਦੇ ਤਾੜੀ ਦੀ ਆਵਾਜ਼ ਕਿਉਂ ਵੱਧ ਹੋ ਜਾਵੇ ਹੈਲੋ ਮੈਨੂੰ ਬਾਬੇ ਦੇ ਦਵਾਰੇ ਉੱਤੇ ਨੱਚਣ ਦੇ ਦੇ ਮੈਨੂੰ ਬਾਬੇ ਦੇ ਦਵਾਰੇ ਉੱਤੇ ਨੱਚਣ ਦੇ ਦੇ ਮੈਨੂੰ ਨੱਚਣ ਦੇ ਦੇ ਬੋਲਾ ਮਾਰੀ ਦੇ ਦਵਾਰੇ ਮਾਤਮਾ ਭੈਣਾਂ ਵੱਲੋਂ ਬਾਬਾ ਜੀ ਤੇਰਾ ਨਾਂ ਲੈ ਕੇ ਤੇਰਾ ਨਾਂ ਲੈ ਕੇ ਮੈਂ ਵਿੱਚ ਕਲਾਈਆਂ ਨੱਚੀ ਬਾਬਾ ਜੀ ਤੇਰਾ ਨਾਂ ਲੈ Thank you.
कोई ना मुड़िया आस जिन्हां ने रखी हो खाली इथो कोई ना मुड़िया बाबा जी आस जिन्हां ने रखी बाबा जी तेरा नाम है One, two, three, four, five, six.
ਉਹ ਭਗਤ ਚੁੰਨੀ ਨੂੰ ਪਤਾ ਕੀ ਕਹਿ ਰਹੇ ਚੁੰਨੀਏ ਨੀ ਜਾਦੂ ਕੀਤਾ ਕਿਹੜਾ ਸ਼ੇਰਾ ਵਾੜੀ ਤੇ ਚੁੰਨੀਏ ਨੀ ਜਾਦੂ ਕੀਤਾ ਕਿਹੜਾ ਸ਼ੇਰਾ ਵਾੜੀ ਤੇ ਮੈਨੂੰ ਵੀ ਸਿਖਾ ਦੇ ਜਿਹੜਾ ਕੀਤਾ ਮੇਰਾ ਵਾੜੀ ਤੇ ਉਹ ਕਿਵੇਂ ਖੁਸ਼ ਹੁੰਦੀ ਸ਼ੇਰਾਂ ਵਾਲੀ ਮਾਈ ਕਿਵੇਂ ਖੁਸ਼ ਹੁੰਦੀ ਮੇਰੀ ਜੋਤਾਂ ਵਾਲੀ ਮਾਈ ਕਿਹਨਾਂ ਕਿਹਨਾਂ ਨੇ ਖੁਸ਼ ਕਰਨਾ ਮਹਾਮਾਈ ਦੋਨਾਂ ਹੱਥ ਕਰੇ ਗੱਲ ਉਹ ਕਿਵੇਂ ਖੁਸ਼ ਹੁੰਦੀ ਸ਼ੇਰਾਂ ਵਾਲੀ ਮਾਈ ਹੱਥ ਬਿਲਕੁਲ ਸੁੱਜੇ ਹੋ ਕੁਝ ਬੋਲ ਹੱਥ ਖੜੇ ਕਰਕੇ ਸਾਡੇ ਕੁਲਵਿੰਦਰ ਭਾਜੀ ਜਦੋਂ ਮਹਾਮਾਈ ਦੇ ਨਾਮ ਦੇ ਦੀਵਾਨੇ ਹੋ ਜਾਂਦੇ ਨੇ ਫਿਰ ਇਹਨਾਂ ਦੀ ਸੁੱਧ ਬੁੱਧ ਭੁੱਲ ਜਾਂਦੀ ਹੈ। ਇਹ ਕਿਸ ਤਰ੍ਹਾਂ ਮਹਾਮਾਈ ਨੂੰ ਮਨਾ ਰਹੇ ਨੇ ਬੈਠ ਕੇ ਆਪਣੇ ਆਪਣੇ ਅੰਦਾਜ਼ ਦੇ ਵਿੱਚ, ਤੁਸੀਂ ਜ਼ਰਾ ਸਾਰੀ ਸੰਗਤ ਜ਼ਰਾ ਦੋਨਾਂ ਹੱਥ ਖੜੇ ਕਰਕੇ ਦੇਖੋਗੇ ਤੁਹਾਨੂੰ ਵੀ ਆਨੰਦ ਆਏਗਾ, ਸਾਨੂੰ ਵੀ ਆਨੰਦ ਆਏਗਾ, ਬਾਬਾ ਜੀ ਨੂੰ ਵੀ ਆਨੰਦ ਆਏਗਾ, ਦੋਨਾਂ ਤੋਂ ਚੱਕ ਕੇ ਤਾੜੀਆਂ ਬੰਦ ਹੈ। ਮੇਰੀ ਮਈਆ ਨੂੰ ਪਸੰਦ ਕਿਵੇਂ ਆਈ ਉਹ ਪਹਿਲੇ ਸਾਰੀ ਸੰਗਤ ਤਾੜੀ ਮਾਰ ਕੇ ਦੱਸੋ ਬਈ ਦੀਪਕ ਨੰਦ ਜੀ ਨੇ, ਦੀਪਕ ਮਾਨ ਜੀ ਨੇ ਮੇਲਾ ਲੁੱਟ ਲਿਆ ਸਾਰਾ। ਬਾਬਾ ਜੀ ਇਹਨਾਂ ਤੇ ਇੰਨੀ ਕਿਰਪਾ ਹੈ, ਮੈਂ ਤੁਹਾਨੂੰ ਆਪਣੀ ਗੱਲ ਦੱਸਾਂ, ਅਸੀਂ ਇਹਨਾਂ ਦੇ ਮਾਨ ਸਨਮਾਨ ਲਈ ਹਾਰ ਲਿਆ ਕੇ ਰੱਖੇ ਸੀ, ਇਹਨਾਂ ਨੇ ਪਹਿਲੇ ਭਜਨ ਤੋਂ ਸਾਨੂੰ ਇੰਨਾ ਲੀਨ ਕਰਤਾ ਸੀ, ਹਰ ਪਾਣੀ ਭੁੱਲ ਗਏ ਇਹਨਾਂ ਤੇ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ, ਕਿਉਂਕਿ ਇੱਦਾਂ ਦੇ ਵਧੀਆ ਮਾਹੌਲ ਦੇ ਵਿੱਚ ਮੇਰੇ ਵਰਗਾ ਆ ਕੇ ਮਾਈਕ ਫੜਦੇ ਤਾਂ ਸਿੰਗਰ ਸਾਰੀ ਪਰੇਸ਼ਾਨ ਹੋ ਜਾਂਦੇ ਤੇ ਅਸੀਂ ਦੀਪਕ ਮਾਨ ਜੀ ਦਾ ਮਾਨ ਸਨਮਾਨ ਕਰਨਾ ਹੈ। ਮੈਂ ਦੀਪਕ ਮਾਨ ਜੀ ਨੂੰ ਕਹੂੰਗਾ ਕਿ ਆਪਣੇ ਸਾਰੇ ਮਿਊਜ਼ੀਸ਼ੀਅਨ ਨੂੰ ਇਕੱਠੇ ਕਰਕੇ ਸਟੇਜ 'ਤੇ ਆਪਾਂ ਇੱਕ ਫੋਟੋ ਕਰਵਾਉਣੀ ਹੈ ਅਤੇ ਮੈਂ ਸਭ ਤੋਂ ਪਹਿਲੇ ਸਵਾਲ ਐਸ ਕੇ ਸ਼ਰਮਾ ਜੀ ਉਹ ਵੀ ਆ ਗਏ, ਦੀਪਕ ਮਾਨ ਜੀ ਨੂੰ ਮੈਂ ਕਹੂੰਗਾ ਕਿ ਆਪਣੇ ਮਜੀਸ਼ੀਅਨ ਸਾਰੇ ਇਕੱਠੇ ਕਰ ਲਓ, ਅਸੀਂ ਇੱਕੋ ਹੀ ਫੋਟੋ ਕਰਵਾਉਣੀ ਹੈ, ਜ਼ਿਆਦਾ ਸਮਾਂ ਨਹੀਂ ਅਸੀਂ ਖਰਾਬ ਕਰਨਾ। ਅਤੇ ਪੰਡਾ ਜੀ ਨੂੰ ਮੈਂ ਕਹੂੰਗਾ ਕਿ ਮੋਮੈਂਟੋ ਦੇਵੋ ਅਤੇ ਇਹਦੇ ਨਾਲ ਨਾਲ ਮੈਂ ਇੱਕ ਬੇਨਤੀ ਹੋਰ ਕਰਾਂਗਾ ਕਿ ਇਸ ਵਾਰੀ ਅਸੀਂ ਮਹਿਲਾ ਵਲੰਟੀਅਰ ਦੀ
ਸਾਡੀ ਟੀਮ ਬਣੀ ਆ ਮਹਿਲਾ ਵਲੰਟੀਅਰ ਦੀ, ਜਿਹਦੇ ਵਿੱਚ ਮਧੂ ਬਾਲਾ ਜੀ, ਮਹਿਤਾਬ ਦੇ ਦਾਦੀ ਜੀ, ਉਹ ਅੰਮ੍ਰਿਤਾ ਸ਼ਰਮਾ, ਕਿਰਨ ਜੀ, ਕਿਰਨ ਸੂਦ, ਇਹਨਾਂ ਨੇ 8 ਲੇਡੀਜ਼ ਦੀ ਟੀਮ ਬਣਾਈ ਹੋਈ ਹੈ। ਲੇਡੀ ਦਾ ਜੋ ਭੰਡਾਰਾ ਹੈ ਉਹ ਇੱਕ ਪਾਸੇ ਰਹੇਗਾ, ਜੈਂਟਸ ਦਾ ਭੰਡਾਰਾ ਇੱਕ ਪਾਸੇ ਰਹੇਗਾ। ਇਸ ਪਾਸੇ ਲੇਡੀ ਦਾ ਭੰਡਾਰਾ ਰਹੇਗਾ, ਉਹ ਲੇਡੀ ਹੀ ਸਰਵ ਕਰਨਗੇ। ਇਸ ਪਾਸੇ ਜੈਂਟਸ ਦਾ ਭੰਡਾਰਾ ਰਹੇਗਾ, ਉਹ ਟੀਮ ਗਲੇਡੀਆ ਜੀ ਬਣਾਉਣਗੇ। 8 ਬੰਦਿਆਂ ਟੀਮ ਇੱਧਰ ਰਹੇਗੀ। ਜਿੱਦਾਂ ਅਸੀਂ ਕੀਰਤਨ ਬੜੇ ਆਨੰਦ ਨਾਲ ਸੁਣਿਆ, ਇੱਦਾਂ ਹੀ ਅਸੀਂ ਭੰਡਾਰੇ ਦਾ ਆਨੰਦ ਵੀ ਬਹੁਤ ਮਜ਼ੇ ਨਾਲ ਲੈਣਾ ਹੈ, ਕਿਉਂਕਿ ਆਪਾਂ ਇੱਕਦਮ ਸਾਰਿਆਂ ਨੇ 10 ਵਜੇ ਫ੍ਰੀ ਹੋ ਜਾਣਾ, 10:30 ਵਜੇ ਸਾਰਿਆਂ ਫ੍ਰੀ ਹੋ ਜਾਣਾ। ਤੋ ਸੈਣੀ ਸੌਣ ਦੀ ਆ ਜਾਊਗੀ ਉੱਪਰ, ਅਤੇ ਸਾਡੇ ਦੋਨੋਂ ਪ੍ਰਧਾਨ ਉੱਪਰ ਆ ਚੁੱਕੇ ਨੇ, ਮੈਂ ਸਮਾਂ ਥੋੜ੍ਹਾ ਜ਼ਿਆਦਾ ਲੈ ਲਿਆ। ਪੰਡਿਤ ਜੀ ਮੋਮੈਂਟੋ, ਪੰਡਿਤ ਜੀ ਤੁਸੀਂ ਵੀ ਆ ਜਾਓ, ਪੰਡਿਤ ਆ ਜਾਓ, ਪੰਡਿਤ ਆ ਜਾਓ, ਅੱਗੇ ਆਓ, ਅੱਗੇ ਆਓ, ਅੱਗੇ ਜਾਓ। ਐਸ ਕੇ ਸ਼ਰਮਾ ਜੀ ਅੱਗੇ ਆਉਣਗੇ, ਐਸ ਕੇ ਸ਼ਰਮਾ ਜੀ, ਰਜਿੰਦਰ ਸ਼ਰਮਾ ਜੀ, ਲਓ ਜੀ ਦੀਪਕ ਮਾਨ ਜੀ ਨੂੰ ਦਾ ਮਾਨ ਸਨਮਾਨ ਹੁੰਦਾ ਹੋਇਆ, ਲਓ ਜੀ ਲਓ ਲਓ। ਇੱਕ ਯਾਦਗਾਰੀ ਚਿੰਨ੍ਹ ਫੋਟੋ ਹੁੰਦੀ ਹੋਈ ਤੁਹਾਡੇ ਜ਼ੋਰਦਾਰ ਤਾੜੀਆਂ ਦੇ ਵਿੱਚ। ਸਾਡੀ ਮਤਲਬ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਦਾ ਤੁਹਾਡਾ ਸਾਰਿਆਂ ਧੰਨਵਾਦ ਹੈ, ਤੁਹਾਡੇ ਸਾਰਿਆਂ ਨੇ ਉਹਦੇ ਨਾਲ ਹੀ। ਮੈਂ ਆਪਣੇ ਕੈਸ਼ਾ ਸਾਹਿਬ ਨੂੰ ਵੀ ਬੁਲਾਊਂਗਾ, ਜਿਹੜਾ ਸਵਰਨ ਸਿੰਘ ਨੂੰ, ਉਹ ਵੀ ਆਉਣਗੇ, ਕਿਉਂਕਿ ਇਹ ਵੀ ਗਸਟਨ ਅਫੀਸਰ ਨੇ, ਇਹ ਵੀ ਸਵੇਰ ਤੋਂ ਪੈਸੇ ਇਕੱਠੇ ਕਰ ਰਹੇ ਨੇ, ਇਹ ਵੀ ਆਉਣਗੇ ਨਾਲ। ਅਤੇ ਚਲੋ ਖੈਰ ਸਮਾਂ ਥੋੜ੍ਹਾ ਹੁੰਦਾ ਹੈ, ਅਸੀਂ ਇੱਦਾਂ ਦੇ ਵਧੀਆ ਪ੍ਰੋਗਰਾਮ ਵਿੱਚ ਜ਼ਿਆਦਾ ਟਾਈਮ ਨਹੀਂ ਲੈਣਾ। ਚਲੋ ਜੀ ਜਾਣ ਆ ਰਹੀ, ਧੰਨਵਾਦ ਜੀ। ਦੀਪਕ ਮਾਨ ਜੀ ਦੇ ਕੋਲ ਅਗਰ ਇੱਕ ਭਜਨ ਦਾ ਟਾਈਮ ਹੈਗਾ, ਠੀਕ ਹੈ, ਅਤੇ ਉਹ ਦੀਪਕ ਮਾਨ ਜੀ ਦੇਖਣਗੇ, ਇੱਕ ਭਜਨ ਛੋਟਾ ਜਿਹਾ ਗਾ ਕੇ ਨਾਲ ਹੀ ਆਰਤੀ ਸ਼ੁਰੂ ਕਰ ਦੇਣੀ ਹੈ। ਅਤੇ ਮੈਂ ਇੱਕ ਮਿੰਟ ਲਈ ਮਾਈਕ ਆਪਣੇ ਕੌਂਸਲ ਸਾਹਿਬ ਨੂੰ ਦਵਾਂਗਾ, ਇਹ ਵੀ 2 ਮਿੰਟ ਆਪਣੇ ਮਚਾ। ਵੈਸੇ ਰਵੀ ਜੀ ਆਪ ਕਹਿ ਰਹੇ ਕਿ ਲੇਟ ਹੋ ਗਏ, ਅਸੀਂ ਜ਼ਿਆਦਾ ਸਮੇਂ ਨਹੀਂ ਲੈਣਾ ਵਿੱਚ, ਕਿਉਂਕਿ ਮਾਨ ਸਾਹਿਬ ਦੀਆਂ ਭੇਟਾਂ ਦਾ ਅਸੀਂ ਮਜ਼ਾ ਲੈ ਰਹੇ ਹਾਂ, ਇਸ ਕਰਕੇ ਮੈਂ ਮਾਈਕ ਮਾਨ ਸਾਹਿਬ ਨੂੰ ਹੀ ਦਿੰਦਾ। ਮਾਈਕ ਸਾਹਿਬ ਜੀ ਆਪਣੇ ਸ਼ੁਰੂ ਤੋਂ ਬਹੁਤ ਬਹੁਤ ਧੰਨਵਾਦ। ਮੈਨੂੰ ਲੱਗਦਾ ਇਹ ਸਾਡੀ ਸੰਗਤ ਜਿਹੜੀ ਇਕੱਠੀ ਹੋਈ ਹੈ ਪੂਰਾ ਧਿਆਨ ਕਿਤੇ ਪਤਾ ਨਹੀਂ ਕਿਸ ਪਾਸੇ ਲੱਗਿਆ ਹੋਇਆ, ਬਾਬਾ ਜੀ ਜਿੰਨੇ ਰੁੱਝੇ ਹੋਏ ਆ, ਪਰ ਜੈਕਾਰਾ ਲਾਉਣ ਨਾਲ ਜਿਹੜਾ ਹੈ ਉਹ ਮਾਹੌਲ ਹੋਰ ਵੀ ਵਾਈਬ੍ਰੈਂਟ ਹੋ ਜਾਂਦਾ। ਅਤੇ ਇਸ ਕਰਕੇ ਮੈਂ ਹੱਥ ਬੰਨ੍ਹ ਕੇ ਤੁਹਾਨੂੰ ਬੇਨਤੀ ਕਰਦਾ ਕਿ ਇੰਨੀ ਸੰਗਤ ਬੈਠੀ ਹੋਵੇ ਅਤੇ ਜੈਕਾਰੇ 'ਚ ਉਹਦੀ ਜਾਨ ਦੇਣੀ ਚਾਹੀਦੀ ਹੈ। ਇੱਕ ਵਾਰੀ ਫਿਰ ਅਸੀਂ ਸਾਰਿਆਂ ਨੇ ਜੈਕਾਰਾ ਲਾਉਣਾ ਹੈ, ਜੈਕਾਰਾ ਪਾਉਣਾ ਹਰੀ ਦਾ। ਸਾਡੇ ਏਰੀਏ ਦੇ ਕੌਂਸਲਰ ਸ਼੍ਰੀ ਰਜਿੰਦਰ ਸ਼ਰਮਾ ਜੀ, ਬਾਕੀ ਮੇਰੇ ਭੈਣੋ ਦੇ ਭਰਾਵੋ, ਬਾਬਾ ਜੀ ਦਾ ਦਰਬਾਰ ਸਜਿਆ ਹੋਇਆ ਹੈ ਔਰ ਸਾਰਾ ਪ੍ਰੋਗਰਾਮ ਜਿਹੜਾ ਹੈ ਉਹਦਾ ਇੰਨਾ ਮਜ਼ਾ ਆ ਰਿਹਾ ਕਿ ਸਾਨੂੰ ਟਾਈਮ ਦਾ ਬਿਲਕੁਲ ਵੀ ਫੀਲ ਨਹੀਂ ਹੋ ਰਿਹਾ ਕਿ ਅਸੀਂ ਇਹ ਲੱਗਦਾ ਜਿਵੇਂ ਹੁਣੇ ਸ਼ੁਰੂ ਕੀਤਾ ਸੀਗਾ। ਸਾਡਾ ਜਿਹੜਾ ਹੈ ਸਮਾਪਨ ਦਾ ਟਾਈਮ ਆ ਗਿਆ ਅਤੇ ਇੱਕ ਅੱਧੀ ਭੇਟ ਹੋਰ ਹੋਏਗੀ। ਮੈਂ ਸਾਰਿਆਂ ਨੂੰ ਇੱਕ ਰਿਕੁਐਸਟ ਕਰਦਾ ਕਿ ਸਭ ਦਾ ਮਾਲਕ ਇੱਕ ਹੈ, ਸਾਨੂੰ ਜਿਹੜੇ ਵੀ ਪ੍ਰੋਗਰਾਮ ਹੈ ਉਹਨਾਂ ਨੂੰ ਇਸ ਤਰ੍ਹਾਂ ਹੀ ਬੜੇ ਉਤਸ਼ਾਹ ਨਾਲ, ਜਿਵੇਂ ਅੱਜ ਤੁਸੀਂ ਸਾਰੇ ਆਏ ਹੋਏ ਹੋ, ਅਤੇ ਇੱਦਾਂ ਦੇ ਉਤਸ਼ਾਹ ਨਾਲ ਪ੍ਰੋਗਰਾਮ ਕਰਾਓ। ਅੱਛੀ ਵਾਈਬ੍ਰੇਸ਼ਨ ਜਿਹੜੀ ਹੈ, ਅੱਛਾ ਔਰਾ ਜਿਹੜਾ ਹੈ ਸੁਸਾਇਟੀ ਦਾ ਹੋਏਗਾ, ਅਤੇ ਰੱਬ ਦਾ ਨਾਂ ਲੈਣ ਨਾਲ ਸਾਡੇ ਜਿਹੜੇ ਦੁੱਖ ਦਰਦ ਹੈ, ਮੁਸੀਬਤਾਂ ਹੈ, ਉਹ ਟਲ ਜਾਂਦੀਆਂ। ਦੂਸਰੀ ਗੱਲ ਇਹ ਕਰਾਂਗਾ ਕਿ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਾਸਤੇ ਸਾਡੇ ਕੋਲ ਬਹੁਤ ਅੱਛੇ ਜਿਹੜੇ ਪ੍ਰਬੰਧਕ ਹੈ, ਖਾਸ ਕਰਕੇ ਮੈਂ ਰਵੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ।
कि रवि जी ने बहुत मेहनत की है इस वास्ते एक चीज एक मिनट लगना वो तो हम दसना चाहता इन्होंने गेट बनाया सी मंदिर वाली सड़क के उपर जिथे बहुत वधिया सजावट की हुई है इन्हों बहुत दुख हो रहा सीगा जदों बंदे आसे पासे तो आ रहे सीगे तो इन्हों लग रहा कि असी इन्नी मेहनत है वो साड़ी बेकार गई। मैं रिक्वेस्ट करूँगा जिहड़े बंदे आसे पासे तो आए जां ध्यान नाल ये बाबा जी की सजावट नहीं देखी लंगर लुंगर खा के जान वेले दो मिनट होर स्पेयर कर लैन तो इधरों जरूर जाण। बाकी सारे तो होप करदा कि सारे जिहड़े आ मिलजुल के बड़े प्यार नाल एक फैमिली के तौर पर असी इत्थे रहना है तो इहो जिहे प्रोग्राम होण जां कोई होर किसी तरह का जो साडी सोसाइटी भी करांदी है साल च दो प्रोग्राम उन्हां नूं असी कामयाब करना है तो एक दूए के दुख दर्द विच असी एक दूसरे का साथ देना है क्योंकि रिश्तेदार तो जिहड़े आ बहुत सारे जिहड़ी इन्हां दी टीम है जिन्होंने इन्ना वधिया मनोरंजन किया मतलब माहौल पूरा वाइब्रेंट किया और सब तो उपर साडी जिहड़ी संगत है जिहड़ा बाबा जी का जन्मदिन है उन्हों थानू सारे नूं मुबारक सारे घर खुश बाबा जी की आरती होनी है।
थर थर के संगी ओ जय कला होरिया रे चढ़त रविवार को फल फूल मिश्री मेवा बाबा फल फूल मिश्री मेवा